ਆਪਣੀ ਗੱਲ ਹੀ ਨਹੀਂ ਮੈਂ ਤਾਂ ਕਹਿੰਦਾ ਮੈਂ ਖਾਲੀ ਕਰਨ ਨੂੰ ਤਿਆਰ ਹਾਂ ਟਾਈਮ ਤੇ ਦਿਓ ਇਹਨਾਂ ਨੇ ਕਿਹਾ ਟਾਈਮ पॉलिश करके तो इतने नवी कुछ कंस्ट्रक्शन की जाएगी कि ये सरकारी बिल्डिंग है जी सरकारी मेडिकल कॉलेज बिल्डिंग है सरकारी ਦੀਪੀ ਅਤਰੀ ਮੈਂ ਵਾਈਸ ਪ੍ਰਿੰਸੀਪਲ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਬੋਲ ਰਿਹਾ ਸਰ ਅੱਜ ਕਿਸ ਜਗ੍ਹਾ ਤੇ ਜਿਹੜਾ ਨਜਾਇਜ਼ ਕਬਜ਼ਾ ਇਹ ਸਾਡੇ ਅੰਡਰ ਕੋਠੀ ਹੈ ਮੈਡੀਕਲ ਕਾਲਜ ਦੇ ਅੰਡਰ ਕੋਠੀ ਨੰਬਰ 109 ਇੱਥੇ ਪਹਿਲਾਂ ਸਾਡੇ ਸਰਕਾਰੀ ਡਾਕਟਰ ਰਹਿੰਦੇ ਸੀ ਕਾਫੀ ਦੇਰ ਬਟ ਜਦੋਂ ਕੋਠੀ ਦੀ ਹਾਲਤ ਥੋੜੀ ਖਰਾਬ ਹੋ ਗਈ ਫਿਰ ਉਹਨਾਂ ਨੂੰ ਰਹਿਣਾ ਮਨਾ ਕਰਤਾ ਜਦੋਂ ਨਹੀਂ ਰਹਿੰਦੇ ਸੀਗੇ ਤੇ ਇੱਥੇ ਥੋੜੇ ਇਲੀਗਲ ਆਕੂਪੈਂਟ ਆਣੇ ਰਹਿ ਕੇ ਉਹਨਾਂ ਨੇ ਰਹਿਣਾ ਸ਼ੁਰੂ ਕਰਤਾ ਇਹਨਾਂ ਨੂੰ ਪਿਛਲੇ ਆਪਾਂ साल तो कह रहे हैं कि डैमेज है असी ये ढोआ के नवी चीज़ बनानी चाहते हैं डॉक्टर के रहने वास्ते लेकिन ये जा नहीं रहे फिर हूँ ही सरकार को परमिशन लैके अज इन डिमोलिश करना है ਭਾਈ ਇਹਨਾਂ ਨੂੰ ਇਹੀ ਰਿਕੁਐਸਟ ਕਰ ਦਿੰਦੇ ਟਾਈਮ ਦਿਓ ਫਿਰ ਖਾਲੀ ਕਰ ਦਿੰਦੇ ਹਾਂਜੀ ਹਾਂਜੀ ਇਹ ਤਾਂ ਹੁਣ ਕਿਉਂਕਿ ਅੰਦਰ ਦੇ ਲੱਖਾਂ ਦਾ ਸਮਾਨ ਪਿਆ ਨਹੀਂ ਤੋੜੋ ਜੀ ਇਹ ਤਾਂ ਰੁਕਣਾ ਨਹੀਂ ਹੈਗਾ ਅਸੀਂ ਗੱਲ ਨਹੀਂ ਸਮਝੋ ਤੁਸੀਂ ਤੋੜੀ ਜਾਓ ਅਸੀਂ ਤੋੜਾਂ ਨੂੰ ਮਨਾ ਹੀ ਨਹੀਂ ਕਰਦੇ ਪਰ ਕਿਸੇ ਨੂੰ ਟਾਈਮ ਤੇ ਦਿਓ ਨਾ ਚੱਲਣਾ ਹੀ ਹੈ ਸਮਾਨ ਤੁਸੀਂ ਚਲਾਈ ਜਾਓ ਫਿਰ ਦੇਖੋ ਤੁਹਾਡਾ ਘੰਟਾ ਵੀ ਖਤਮ ਹੋ ਗਿਆ ਤੁਹਾਡੀ ਆਪਣੀ ਬਿਲਡਿੰਗ ਹੈ ਨਾ ਦੱਸੋ ਕਿ ਬਿਲਡਿੰਗ ਸਰਕਾਰੀ ਹੈ ਜਿਹੜੀ ਹੈ ਸਰ ਮੈਂ ਇਸ ਚੀਜ਼ ਦੇ ਵਿੱਚ ਮੈਂ ਔਨਰ ਨਹੀਂ ਹੈਗਾ ਜਿਹੜੇ ਔਨਰ ਹੈਗੇ ਉਹੀ ਦੱਸ ਸਕਦੇ ਕਿ ਸਰਕਾਰੀ ਹੈ ਕਿ ਪ੍ਰਾਈਵੇਟ ਕਿਰਾਇਆ ਦਿੰਦੇ ਪਏ ਕਿਸੇ ਨੂੰ ਕਿ ਕੋਈ ਕਿਰਾਇਆ ਦੇ ਰਹੀ ਕਿ ਨਹੀਂ ਦਿੰਦੇ ਪਏ ਸਰ ਪਹਿਲੇ ਤਾਂ ਇਹ ਚੀਜ਼ ਗੱਲ ਨਹੀਂ ਸਮਝੀ ਸਾਨੂੰ ਪਤਾ ਹੀ ਨਹੀਂ ਹੈ ਕਿਰਾਏ ਤੇ ਹੈਗੀ ਕਿ ਔਨਰ ਹੈਗੀ ਹੈ ਇਹ ਤਾਂ ਚੀਜ਼ ਕਲੀਅਰ ਹੋਏਗੀ ਮੈਨੂੰ ਸੁਭਾਅ ਹੀ ਪਤਾ ਲੱਗੇਗਾ ਔਨਰ ਕੌਣ ਨੇ ਔਨਰ ਇੱਥੇ ਨਹੀਂ ਇੰਡੀਆ 'ਚ ਨਹੀਂ ਗਵਾਰ ਹੈਗੀ ਹਾਂਜੀ ਔਨਰ ਕੌਣ ਨੇ ਔਨਰ ਮੇਰੇ ਫਾਦਰ ਸੀਗੇ ਅੱਛਾ ਠੀਕ ਹੋ ਐਕਸਪਾਇਰ ਹੋ ਮੈਨੂੰ ਪਤਾ ਕਿ ਮੇਰੇ ਕੋ ਕਿੰਨੀ ਪ੍ਰੋਪਰਟੀ ਮੇਰੇ ਫਾਦਰ ਨੇ ਮੇਰੇ ਨਾਮ ਤੇ ਲਗਾਈ ਮੈਨੂੰ ਪਤਾ ਸਾਰੀ ਪ੍ਰੋਪਰਟੀ ਤੁਹਾਨੂੰ ਪਤਾ ਹੀ ਹੋਏਗਾ ਕਿ ਤੁਹਾਡੀ ਆ ਕਿ ਕਿਹੜੀ ਹੈ ਸਰ ਸਾਰੇ ਕਾਗਜ਼ ਬੋਲ ਰਹੇ ਨੇ ਇਸ ਚੀਜ਼ ਦੀ ਮੈਨੂੰ ਨੌਲੇਜ ਨਹੀਂਗੀ ਮੈਂ ਇਸ ਚੀਜ਼ ਤੇ ਕੀ ਕਮੈਂਟ ਕਰਾਂ ਜਿਹੜੀ ਚੀਜ਼ ਜਿੰਨੀ ਨੌਲੇਜ ਹੋ ਮੈਂ ਤੁਹਾਨੂੰ ਦੱਸਦਾ ਡਾਕਟਰ ਵੀਨਾ ਚਤਰਤ ਪ੍ਰਿੰਸੀਪਲ ਗਵਰਨਮੈਂਟ ਮੈਡੀਕਲ ਕਾਲਜ ਹਾਂਜੀ ਤੇ ਸਾਨੂੰ ਉੱਪਰੋਂ ਆਪਣੇ ਹਾਇਰ ਅਥਾਰਟੀਜ਼ ਵੱਲੋਂ ਇਨਸਟਰਕਸ਼ਨਸ ਹੈਗੀਆਂ ਕਿ ਬਿਲਡਿੰਗ ਬਹੁਤ ਪੁਰਾਣੀ ਹੋ ਗਈ ਹੈ ਤੇ ਰਹਿਣ ਲਾਇਕ ਨਹੀਂ ਹੈਗੀ ਤੇ ਇਹਨੂੰ ਮਤਲਬ ਡਿਮੋਲਿਸ਼ ਕਰਵਾ ਦਿੱਤਾ ਜਾਵੇ ਤੇ ਅਸੀਂ ਡੀਸੀ ਸਾਹਿਬ ਨੂੰ ਕਮਿਸ਼ਨਰ ਪੁਲਿਸ ਨੂੰ ਤੇ ਮੈਜਿਸਟ੍ਰੇਟ ਸਾਹਿਬ ਉਹਨਾਂ ਦੇ ਆਰਡਰਸ ਵੱਲੋਂ ਪੁਲਿਸ ਦੀ ਹੈਲਪ ਦੇ ਨਾਲ ਤੇ ਬਾਕੀ ਤਹਿਸੀਲਦਾਰ ਸਾਹਿਬ ਉਹ ਵੀ ਆਏ ਹਨ ਤੇ ਕਰਕੇ ਤੇ ਇਹਨੂੰ ਡਿਮੋਲਿਸ਼ ਕਰਕੇ ਤੇ ਇੱਥੇ ਨਵੀਂ ਕੁਝ ਕੰਸਟਰਕਸ਼ਨ ਕੀਤੀ ਜਾਏਗੀ ਕਿਦੋਂ ਤੋਂ ਰਹਿ ਰਹੇ ਸੀ ਇੱਥੇ ਕਿੰਨੀ ਦੇਰ ਹੋ ਗਈ ਇਹਨਾਂ ਵੱਲੋਂ ਕਬਜ਼ਾ ਕੀਤਾ ਤੇ ਤੁਹਾਡੇ ਵੱਲੋਂ ਕਦੀ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਨੂੰ ਹਾਂ ਪਹਿਲੇ ਵੀ ਪਿਛਲੇ ਸਾਲ ਵੀ ਫੋਰਸ ਭੇਜੀ ਗਈ ਸੀ ਇੱਥੇ ਤੇ ਬਟ ਉਹ ਖਾਲੀ ਨਹੀਂ ਕਰਵਾ ਪਾਏ ਸੀਗੇ ਕਿਉਂਕਿ ਇਹਨਾਂ ਨੂੰ ਬੜੀ ਵਾਰੀ ਕਿਹਾ ਸੀ ਕਿ ਸਮਾਨ ਵਗੈਰਾ ਆਪਣਾ ਚੁੱਕ ਲਓ ਪਰ ਇਹ ਖਾਲੀ ਨਹੀਂ ਸੀ ਕਰਦੇ ਬਟ ਹੁਣ ਸਾਨੂੰ ਉੱਪਰੋਂ ਹਾਇਰ ਅਥਾਰਟੀਜ਼ ਵੱਲੋਂ ਹੀ ਆਰਡਰ ਸੀਗੇ ਹੁਕਮ ਸੀਗੇ ਕਿ ਵੀ ਜਿਹੜੇ ਵੀ ਇਲੀਗਲ ਕਬਜ਼ੇ ਹੈਗੇ ਆ ਇਹਨਾਂ ਨੂੰ ਖਾਲੀ ਕਰਵਾਇਆ ਜਾਵੇ ਇਹ ਡਾਕਟਰਾਂ ਦੀ ਰਹਿਣ ਸੀ ਇੱਥੇ ਡਾਕਟਰ ਹਾਂ ਪਹਿਲੇ ਇੱਥੇ ਡਾਕਟਰ ਰਹਿੰਦੇ ਰਹੇ ਆ ਸਾਡੇ ਡਿਊਟੀਜ਼ ਤੇ ਜਿਹੜੇ ਐਮਰਜੈਂਸੀ ਡਿਊਟੀਜ਼ ਤੇ ਡਾਕਟਰ ਜਾਂਦੇ ਰਹੇ ਆ ਡਾਕਟਰਸ ਇੱਥੇ ਰਹਿੰਦੇ ਰਹੇ ਆ ਬਟ ਹੁਣ ਸਿੰਸ ਅਨਸੇਫ ਹੋ ਗਈ ਸੀਗੀ ਤੇ ਤਾਂ ਡਾਕਟਰਸ ਨੂੰ ਅਲਾਟ ਹੋਣੀ ਬੰਦ ਹੋ ਗਈ ਸੀਗੀ ਤੇ ਉਹ ਫਿਰ ਖਾਲੀ ਹੋਣ ਕਰਕੇ ਤੇ ਵਿੱਚ ਇਸ ਤਰ੍ਹਾਂ ਅੱਜ ਖਾਲੀ ਕਰਾ ਲਿੱਤੀ ਗਈ ਹਾਂਜੀ ਇਹ ਸਰਕਾਰੀ ਬਿਲਡਿੰਗ ਹੈ ਜੀ ਸਰਕਾਰੀ ਮੈਡੀਕਲ ਕਾਲਜ ਸਰਕਾਰੀ ਬਿਲਡਿੰਗ ਹੈ ਸਰਕਾਰੀ ਤੇ ਕਾਫੀ ਟਾਈਮ ਤੋਂ ਇਹ ਰਹਿੰਦੇ ਸੀਗੇ ਕਿਰਾਏ ਦਾ ਵੀ ਉਦਾਂ ਹੀ ਵੈਸੇ ਰਹਿ ਰਹੇ ਗਏ ਉਹਨਾਂ ਨੂੰ ਕਹਿ ਕੇ ਅੱਜ ਖਾਲੀ ਕਰਵਾ ਰਹੀ ਜਗ੍ਹਾ ਜੀ ਉਹਨਾਂ ਸਮਾਨ ਬਾਹਰ ਕਢਵਾ ਕੇ ਕਬਜ਼ਾ ਕੀਤਾ ਸੀ ਉਹਨਾਂ ਨੇ ਕਬਜ਼ਾ ਨਹੀਂ ਵੈਸੇ ਰਹਿ ਰਹੇ ਕੋਈ ਕਿਰਾਏ ਦਾ ਨਹੀਂ ਇਹਨਾਂ ਦੇ ਕੋਲ ਜੀ ਕੋਈ ਲਿਖਤੀ ਪਰਤੀ ਕੁਛ ਨਹੀਂ ਗਾ ਇਹਨਾਂ ਦੇ ਤੇ ਕਾਰਪੋਰੇਸ਼ਨ ਵੱਲੋਂ ਤੜਾਈ ਜਾ ਰਹੀ ਹੈ ਕਿ ਹੋਰ ਕੋਈ ਡਿਪਾਰਟਮੈਂਟ ਵੱਲੋਂ ਤੜਾਈ ਜਾ ਰਹੀ ਹੈ ਨਹੀਂ ਮੈਡੀਕਲ ਕਾਲਜ ਤੇ ਹੀ ਆਏ ਆ ਸਾਰੇ ਕਰਮਚਾਰੀ ਨਾਲ ਆਪਣੇ ਤਹਿਸੀਲਦਾਰ ਸਾਹਿਬ ਨੇ ਸਰਕਾਰੀ ਤੋਂ ਉਹਨਾਂ ਨੇ ਮਨਜ਼ੂਰੀ ਲੈ ਕੇ ਹੀ ਇਹ ਬਿਲਡਿੰਗ ਤੋੜਵਾ ਦੇ ਕੋਈ ਉਹਨਾਂ ਵੱਲੋਂ ਵਿਰੋਧ ਨਹੀਂ ਕੀਤਾ ਜਾ ਰਿਹਾ ਜਿਹੜੇ ਅੰਦਰ ਰਹਿ ਰਹੇ ਨੇ ਨਹੀਂ ਨਹੀਂ ਫਿਲਹਾਲ ਨਹੀਂ ਬਿਲਕੁਲ ਉਹਨਾਂ ਨੂੰ ਪਤਾ ਹੈਗਾ ਪਹਿਲਾਂ ਇਹਨਾਂ ਨੂੰ ਨੋਟ ਕਰਾ ਕੇ ਗਏ ਹੈਗੇ ਕਿ ਆਪਾਂ 8-30 ਨੂੰ ਆ ਕੇ ਤੇ ਬਿਲਡਿੰਗ ਖਾਲੀ ਕਰਵਾਉਣੀ ਹੈ ਤੇ ਉਹ ਆਪਣਾ ਰਮਾਨਾ ਆਪਣਾ ਸਮਾਨ ਸਾਈਡ ਤੇ ਲਵਾ ਰਹੇ ਆ ਕੋਈ ਸ਼ੋਰ ਸ਼ਰਾਬਾ ਨਹੀਂ 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 ਕੋਈ ਸ਼ੋਰ ਸ਼ਰਾਬਾ ਤੇ ਬਿਲਡਿੰਗ ਸਾਰੀ ਤੋੜ ਦਿੱਤੀ ਡੈਮੇਜ ਕੀਤੀ ਜਾਏਗੀ ਬਿਲਕੁਲ ਬਿਲਕੁਲ ਜੀ ਬਾਕੀ ਜੋ ਵੀ ਸਰਕਾਰੀ ਆਰਡਰ ਹੋਣਗੇ ਉਹਦੇ ਮੁਤਾਬਕ ਇਹ ਬਣਾਉਣਗੇ ਜੋ ਵੀ ਬਿਲਡਿੰਗ ਬਣਾਉਣੀ ਸੀ ਪੁਲਿਸ ਟੀਮ ਪਹੁੰਚੀ ਸਰ ਹਾਂਜੀ ਹਾਂਜੀ ਸਾਡੇ ਸਰਕਾਰ ਆਪਣੀ ਜੋ ਵੀ ਇਹਨਾਂ ਨੇ ਪੁਲਿਸ ਸਹਾਇਤਾ ਮੰਗੀ ਹੈ ਜੀ ਉਹਦੇ ਮੁਤਾਬਕ ਆਪਾਂ ਪਹੁੰਚੇ ਆ ਇਹਨਾਂ ਦੇ ਕੋਲ ਜੀ ਲੋਰੈਂਸ ਰੋਡ ਨਾਲ ਚੁਨਮਨ ਮੋਲ ਦੇ ਬਿਲਕੁਲ ਆਪੋਜ਼ਿਟ ਗਲੀ ਆ ਜੀ ਉੱਥੇ ਮੈਡੀਕਲ ਕਾਲਜ ਦੀ ਆਪਣੀ ਆ ਬਿਲਡਿੰਗ ਹੈ ਇੱਥੇ ਉਹਨਾਂ ਦੇ ਡਾਕਟਰਸ ਰਹਿੰਦੇ ਹੁੰਦੇ ਸੀ ਤੇ ਬਿਲਡਿੰਗ ਦੀ ਹਾਲਤ ਖਸਤਾ ਹੋਣ ਕਰਕੇ 2015-16 ਤੋਂ ਇਹਨਾਂ ਨੇ ਰਹਿਣਾ ਬੰਦ ਕਰਤਾ ਇਨ ਬਿਟਵੀਨ ਕੋਵਿਡ ਇੱਥੇ ਕਿਸੇ ਨੇ ਕੋਈ ਆਪਣਾ ਸਮਾਨ ਸਮੂਹ ਰੱਖਣਾ ਸ਼ੁਰੂ ਕਰਤਾ ਅਤੇ ਬਿਲਡਿੰਗ ਦੀ ਹਾਲਤ ਖਸਤਾ ਹੋਣ ਕਰਕੇ ਹੁਣ ਇਹਨਾਂ ਨੇ ਆਪਣੀ ਨਵੀਂ ਬਿਲਡਿੰਗ ਇੱਥੇ ਬਣਾਉਣੀ ਆ ਅਤੇ ਉਹਨੂੰ ਡਿਮੋਲਿਸ਼ ਕਰਨਾ ਹੈ ਅੱਜ ਅੱਛਾ ਸਰ ਸਹਿਯੋਗ ਦਿੱਤਾ ਜਾ ਰਿਹਾ ਉਹਨਾਂ ਨੂੰ ਲੋਕਾਂ ਵੱਲੋਂ ਜਿਹੜੀ ਜਿਨ੍ਹਾਂ ਨੇ ਕਬਜ਼ਾ ਕੀਤਾ ਹੋਇਆ
हाँ बिल्कुल वो एक दो दिन का टाइम मंग रहे बट उस उन्होंने दसिया गया भी एक दो दिन का टाइम नहीं है गवर्नमेंट की जगह वा जिहड़ा भी कोई बंदा ये नजायज़ काबज बैठा वा जे वो कोई नहीं खाली करता तो वो खिलाफ़ कार्रवाई की जा सकती है जिदा कब्जा करना है उन्होंने परमिशन लैके बड़े ही नहीं इन्हों नोटिस कहता देना वा आ तो बंदे नजायज़ काबज इन्हों से कोई कार्रवाई बनती है फिर भी इन्होंने कहा गया भी तुम अपना खाली कर दो। अच्छा सर होर भी बहुत बिल्डिंगा ने तुहाडे एरिया विच भी होणगीआं की उन्हां वास्ते तैयारी कीती कोई डेफिनेटली जो मानजोग डी साहब के ऑर्डर आएंगे जिस जिस जगह के वो आप बिल्कुल पोजिशन दवावे।